ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਰਨ ਤਾਰਨ ਵੱਲੋਂ ਅੱਜ ਜਿਹੜਾ ਵਾ ਇਲੈਕਸ਼ਨਾਂ ਨੂੰ ਲੈ ਕੇ ਅਸੀਂ ਇਲੈਕਸ਼ਨਾਂ ਦੇ ਮੁੱਦਿਆਂ ਦੇ ਉੱਤੇ ਇਕੱਠੇ ਹੋਏ ਹਾਂ ਅੱਜ ਕਿ ਇਲੈਕਸ਼ਨ ਦੇ ਵਿੱਚ ਕਿਵੇਂ ਕੀ ਕੀਤਾ ਜਾਵੇ ਅਤੇ ਜਵਾਨਾਂ ਦੀਆਂ ਕਿਹੜੀਆਂ ਮੰਗਾਂ ਜਿਨ੍ਹਾਂ ਨੂੰ ਜਿਹੜਾ ਵਾ ਉਹ ਅੱਗੇ ਰੱਖਿਆ ਜਾਵੇ ਅਤੇ ਆਪਣੀ ਇਲੈਕਸ਼ਨ ਦੇ ਵਿੱਚ ਵੋਟਾਂ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ ਉਸ ਵਿਸ਼ੇ ਦੇ ਉੱਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਅਤੇ ਤਰਨ ਤਾਰਨ ਜਿਹੜਾ ਵਾ ਤਰਨ ਤਾਰਨ ਦਾ ਹਲਕਾ ਖਡੂਰ ਸਾਹਿਬ ਏਰੀਏ ਦੇ ਵਿੱਚ ਜਿਹੜਾ ਵਾ ਅਸੀਂ ਆਪਣਾ ਜਿਹੜਾ ਆਹ ਐਫੀਡੈਵਿਟ ਬਣਾਇਆ ਹੋਇਆ ਸੀ ਅਸੀਂ ਇਹ ਐਫੀਡੈਵਿਟ ਜਿਹੜਾ ਅਸੀਂ ਬਣਾਇਆ ਸੀ ਇਹਦੇ ਵਿੱਚ ਲਿਖਿਆ ਹੋਇਆ ਸਾਬਕਾ ਸੈਨਿਕਾਂ ਦੀਆਂ ਮੰਗਾਂ ਬਾਰੇ ਲਿਖਿਆ ਹੋਇਆ ਔਰ 100 ਰੁਪਏ ਦਾ ਐਫੀਡੈਵਿਟ ਹੈ ਔਰ ਬਕਾਇਦਾ ਇਸ ਉੱਪਰ ਅਸੀਂ ਸੈਨ ਉਮੀਦਵਾਰ ਦੇ ਔਰ ਆਧਾਰ ਕਾਰਡ ਵਗੈਰਾ ਜਿਹੜਾ ਉਹ ਲੈ ਕੇ ਪੂਰਾ ਪ੍ਰੋਪਰ ਜਿਹੜਾ ਕਾਨੂੰਨੀ ਕਾਰਵਾਈ ਦੇ ਤੌਰ 'ਤੇ ਅਸੀਂ ਲਿਆ ਹੋਇਆ ਵਾ ਔਰ ਇਸ ਦੇ ਵਿੱਚ ਜਿਹੜਾ ਵਾ ਸਾਡੀਆਂ ਜਵਾਨਾਂ ਦੀਆਂ ਜਿਹੜੀਆਂ ਮੰਗਾਂ ਵਾ ਕਿ ਜਿਵੇਂ ਕਿ 7ਵੇਂ ਪੇ ਕਮਿਸ਼ਨ ਦੇ ਵਿੱਚ ਅਫਸਰਾਂ ਨੂੰ ਜਿਹੜਾ 2.81 ਦੇ ਅਫਸਰਾਂ ਨੂੰ ਜਵਾਨਾਂ ਨੂੰ ਜਿਹੜਾ 2.57 ਦਾ ਫਾਰਮੂਲਾ ਦਿੱਤਾ ਗਿਆ ਉਹਦੇ ਖਿਲਾਫ ਵੀ ਜਿਹੜਾ ਉਮੀਦਵਾਰ ਨੇ ਲਿਖ ਕੇ ਦਿੱਤਾ ਕਿ ਮੁੱਦਾ ਜਿਹੜਾ ਵਾ ਉਹ ਮੈਂ ਆਪਣਾ ਵਿਧਾਨ ਸਭਾ ਦੇ ਵਿੱਚ ਚੁੱਕ ਕੇ ਔਰ ਤੁਹਾਡੇ ਨਾਲ ਹਰੇਕ ਜਗ੍ਹਾ ਦੇ ਉੱਤੇ ਸਹਿਯੋਗ ਕਰਾਂਗਾ ਔਰ ਇਹਨੂੰ ਜਿਹੜਾ ਵਾ ਕੇਂਦਰ ਸਰਕਾਰ ਖਿਲਾਫ਼ ਵੀ ਜਦੋਂ ਕੁਝ ਇਹਦੇ ਲਿਖਣਾ ਪੈਂਦਾ ਹੈ ਤਾਂ ਮੈਂ ਆਪਣੇ ਜਦੋਂ MLA ਬਣ ਜਾਂਦਾ ਤਾਂ ਲੈਟਰ ਹੈੱਡ ਦੇ ਉੱਤੇ ਲਿਖ ਕੇ ਜਿਹੜਾ ਵਾ ਕੇਂਦਰ ਸਰਕਾਰ ਨੂੰ ਭੇਜਾਂਗਾ ਕਿ ਜਵਾਨਾਂ ਦੇ ਨਾਲ ਬੇਇਨਸਾਫ਼ੀ ਹੋ ਰਹੀ ਆ ਇਹਨੂੰ ਦੂਰ ਕਰਨਾ ਚਾਹੀਦਾ ਇਸੇ ਤਰ੍ਹਾਂ ਮਿਲਟਰੀ ਸਰਵਿਸ ਪੇ ਆ ਜਿਹੜੀ ਅਫਸਰਾਂ ਨੂੰ 15,500 ਅਤੇ ਜਵਾਨ ਨੂੰ ਜਿਹੜੀ 5,500 ਦਿੱਤੀ ਜਾਂਦੀ ਆ ਇਸ ਮੁੱਦੇ ਨੂੰ ਲੈ ਕੇ ਵੀ ਅਸੀਂ ਉਮੀਦਵਾਰ ਦੇ ਉੱਤੋਂ ਜਿਹੜਾ ਵਾ ਉਹ ਸੈਲ ਜਦੋਂ ਕਰਵਾਏ ਆ ਅਤੇ ਇਹ ਵੀ ਮੁੱਦਾ ਉੱਤੇ ਲਿਖਿਆ ਹੋਇਆ ਕਿ ਮਿਲਟਰੀ ਸਰਵਿਸ ਪੇ ਇੱਕ ਬਰਾਬਰ ਕਰਵਾਉਣ ਲਈ ਜਿਹੜਾ ਵਾ ਯਾਨੀ ਕਿ 15,500 ਅਫਸਰ ਜਵਾਨ ਲਈ ਇੱਕ ਬਰਾਬਰ ਕਰਨ ਲਈ 5,500 ਤੋਂ ਅਸੀਂ ਜਿਹੜਾ ਵਾ ਉਹ ਮੈਂ ਕੇਂਦਰ ਸਰਕਾਰ ਨੂੰ ਲਿਖਾਂਗਾ ਵੀ ਅਗਰ ਕੋਈ ਧਰਨਾ ਪ੍ਰਦਰਸ਼ਨ ਜਾਂ ਜਵਾਨ ਇਹਦੇ 'ਤੇ ਕੋਈ ਕਾਰਵਾਈ ਕਰਦੇ ਆ ਤਾਂ ਮੈਂ ਉਹਨਾਂ ਦਾ ਸਮਰਥਨ ਕਰਨ ਲਈ ਪਾਬੰਦ ਹੋਵਾਂਗਾ ਉਸ ਤੋਂ ਬਾਅਦ ਜਿਹੜੀ ਡਿਸਬਿਲਟੀ ਪੈਨਸ਼ਨ ਆ ਇਸ ਸਮੇਂ 'ਤੇ ਜਿਹੜੀ ਵਾਰ ਇੰਜਰੀ ਹੈ ਇੱਕ ਅਫਸਰ ਨੂੰ 2,55,000 ਅਤੇ ਜਵਾਨ ਨੂੰ ਜਿਹੜੀ ਆ ਉਹ 18,000 ਤੋਂ ਸ਼ੁਰੂ ਹੁੰਦੀ ਹੈ ਇਸ ਉੱਤੇ ਵੀ ਜਿਹੜਾ ਉਹ ਇਹਨਾਂ ਨੇ ਸਾਨੂੰ ਉਮੀਦਵਾਰ ਨੇ ਸੈਨ ਕਰਕੇ ਦਿੱਤੇ ਆ ਕਿ ਜੇ ਮੈਂ ਬਣ ਜਾਂਦਾ ਤਾਂ ਮੈਂ ਇਸ ਵਾਸਤੇ ਵੀ ਜਿਹੜਾ ਉਹ ਆਪਣਾ ਕੇਂਦਰ ਸਰਕਾਰ ਨੂੰ ਲਿਖ ਕੇ ਇਹਦੇ 'ਤੇ ਦੇਵਾਂਗਾ ਕਿ ਜਵਾਨ ਅਫਸਰ ਦੀ ਡਿਸਬਿਲਟੀ ਪੈਨਸ਼ਨ ਜਿੰਨੀ ਵੀ ਹੋਵੇ ਇੱਕ ਬਰਾਬਰ ਹੋਵੇ ਉਹਨਾਂ ਨੂੰ ਇੱਕ ਬਰਾਬਰ ਦਿੱਤੀ ਜਾਵੇ ਇਹ ਮੁੱਦਾ ਹੈ ਉਸ ਤੋਂ ਬਾਅਦ ਜਿਹੜਾ ਸਾਡੇ ਜਵਾਨ ਪੈਨਸ਼ਨ ਆਉਣ ਤੋਂ ਬਾਅਦ ਆ ਕੇ ਉਮਰ ਮਤਲਬ ਮਰ ਜਾਂਦੇ ਆ ਪੂਰੇ ਹੋ ਜਾਂਦੇ ਆ ਤਾਂ ਉਹਨਾਂ ਦੇ ਬਾਅਦ ਜਿਹੜੀ ਵਿਧਵਾ ਦੀ ਪੈਨਸ਼ਨ ਆ ਉਹ ਤਕਰੀਬਨ ਅੱਧੀ ਕਰ ਦਿੱਤੀ ਜਾਂਦੀ ਆ ਜਿੰਨੀ ਪੈਨਸ਼ਨਰ ਨੂੰ ਖੁਦ ਨੂੰ ਮਿਲ ਰਹੀ ਹੁੰਦੀ ਆ ਉਹਦੇ ਤੋਂ ਅੱਧੀ ਕਰ ਦਿੱਤੀ ਜਾਂਦੀ ਹੈ ਸਾਡੀ ਮੰਗ ਇਹ ਕਿ ਵੀ ਜਦੋਂ ਬੰਦਾ ਮਰ ਜਾਂਦਾ ਅਤੇ ਇਨਕਮ ਦਾ ਇੱਕ ਸਾਧਨ ਖਤਮ ਹੋ ਜਾਂਦਾ ਅਤੇ ਜਿਹੜੀ ਆਪਣੀਆਂ ਫੈਮਿਲੀਆਂ ਵਾ ਫੈਮਿਲੀ ਪੈਨਸ਼ਨ ਹੈ ਜਿਹੜੀ ਫੌਜੀ ਦੀ ਘਰਵਾਲੀ ਆ ਉਹਨੂੰ ਵੀ ਫੌਜੀ ਦੇ ਬਰਾਬਰ ਹੀ ਪੈਨਸ਼ਨ ਦਿੱਤੀ ਜਾਵੇ ਇਸ ਮੰਗ ਦੇ ਉੱਤੇ ਵੀ ਉਹਨਾਂ ਨੇ ਸਾਡੇ ਸੈਨ ਕੀਤੇ ਆ ਉਸ ਤੋਂ ਬਾਅਦ ਜਿਹੜਾ ਵਾ ਇਹ ਫੌਜ ਦੇ ਵਿੱਚ ਜਿਹੜੇ ਆ ਅੱਜ ਵੀ 1911 ਦੇ ਵਿੱਚ ਜਿਹੜੇ ਅੰਗਰੇਜ਼ਾਂ ਨੇ ਕਾਨੂੰਨ ਬਣਾਏ ਸੀ ਉਹ ਲਾਗੂ ਹੋ ਰਹੇ ਆ ਲਾਗੂ ਆ ਉਹਨਾਂ ਦੇ ਉੱਤੇ ਉਹਨਾਂ ਨੂੰ ਬਦਲੀ ਕਰਵਾਉਣ ਵਾਸਤੇ ਵੀ ਜਿਹੜਾ ਵਾ ਉਹਨਾਂ ਨੇ ਲਿਖਿਆ ਕਿ ਮੈਂ ਪੂਰਾ ਸਮਰਥਨ ਕਰਦਾ ਔਰ ਇਸ ਗੱਲ ਦਾ ਵਿੱਚ ਬਿਲਕੁਲ ਤੁਹਾਡੇ ਨਾਲ ਕਿ ਜਿਹੜੇ ਅੰਗਰੇਜ਼ਾਂ ਦੇ ਬਣਾਏ ਹੋਏ ਬ੍ਰਿਟਿਸ਼ ਰੂਲ ਹੈ ਉਹ ਖਤਮ ਹੋਣੇ ਚਾਹੀਦੇ ਆ ਅਤੇ ਫੌਜ ਦੇ ਵਿੱਚ ਨਵੇਂ ਰੂਲ ਲਾਗੂ ਹੋਣੇ ਚਾਹੀਦੇ ਆ ਜਿਹੜਾ ਬਟਮੈਨ ਸਿਸਟਮ ਹੈ ਜਿਹੜੇ ਇੱਕ ਅਫਸਰ ਨੇ ਆਪਣੇ ਘਰਾਂ ਦੇ ਵਿੱਚ 4-4, 5-5, 8-8 ਬਟਮੈਨ ਰੱਖੇ ਹੋਏ ਆ ਜਵਾਨਾਂ ਨੂੰ ਨੌਕਰ ਬਣਾ ਕੇ ਰੱਖਿਆ ਹੋਇਆ
ਉਹ ਵੀ ਜਿਹੜਾ ਵਾ ਜਦੋਂ ਕੋਈ ਕਾਨੂੰਨ ਨਹੀਂ ਗਾ ਤਾਂ ਉਹਦੇ ਉੱਤੇ ਵੀ ਸਾਡੇ ਕੋਲ ਉਹਨਾਂ ਨੇ ਐਫੀਡੈਵਿਟ ਦੇ ਉੱਤੇ ਸਾਈਨ ਕਰਕੇ ਦਿੱਤੇ ਆ ਕਿ ਮੈਂ ਇਸ ਮੁੱਦੇ 'ਤੇ ਵੀ ਤੁਹਾਡੇ ਨਾਲ ਸਹਿਮਤ ਹਾਂ ਅਤੇ ਹਰੇਕ ਤਰ੍ਹਾਂ ਨਾਲ ਤੁਹਾਡੇ ਨਾਲ ਸਹਿਯੋਗ ਕਰਕੇ ਚੱਲਾਂਗਾ ਜਿੱਥੇ ਮੇਰੀ ਲੋੜ ਪੈਂਦੀ ਹੈ ਮੈਂ ਜਿੱਥੇ ਮੈਨੂੰ ਲੈਟਰ ਲਿਖਣਾ ਪਏਗਾ ਆਪਣਾ ਐਜ ਏ ਐੱਮ ਐੱਲ ਏ ਮੈਂ ਉਹ ਵੀ ਲਿਖਾਂਗਾ ਜੇ ਤੁਸੀਂ ਧਰਨਾ ਪ੍ਰਦਰਸ਼ਨ ਵਗੈਰਾ ਕਰਦੇ ਹਾਂ ਤਾਂ ਮੈਂ ਉਸ ਤੁਹਾਡੇ ਨਾਲ ਉਸ ਧਰਨੇ ਪ੍ਰਦਰਸ਼ਨ ਦੇ ਵਿੱਚ ਵੀ ਹਿੱਸਾ ਲਵਾਂਗਾ ਅਤੇ ਵਟਮੈਂਟ ਸਿਸਟਮ ਵਗੈਰਾ ਜਿਹੜਾ ਵਾ ਇਹ ਖਤਮ ਹੋਣਾ ਚਾਹੀਦਾ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਜਿਹੜਾ ਵਾ ਹਲਕਾ ਕਪੂਰ ਸਾਹਿਬ ਦੇ ਵਿੱਚ ਸਾਨੂੰ ਸਹਿਨ ਕਰਕੇ ਦਿੱਤੇ ਆ ਜਿਹੜੇ ਉਹ ਦਿੱਤੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਲਾਲਪੁਰਾ ਨੇ ਜਿਹੜੇ ਕਿ ਫੌਜ ਦੇ ਵਿੱਚ ਨੌਕਰੀ ਕਰਕੇ ਵੀ ਆਏ ਆ ਉਹਨਾਂ ਨੂੰ ਅਸੀਂ ਦੱਸਿਆ ਕਿ ਤੁਸੀਂ ਖੁਦ ਵੀ ਮੁਸ਼ਕਲਾਂ ਜਿਹੜੀਆਂ ਫੇਸ ਕੀਤੀਆਂ ਹੈ ਕਿ ਫੌਜ ਦੇ ਵਿੱਚ ਭੇਦਭਾਵ ਹੈ ਉਹਨਾਂ ਨੇ ਮੰਨਿਆ ਕਿ ਹਾਂ ਵੀ ਇਹ ਇਹਨਾਂ ਚੀਜ਼ਾਂ ਬਾਰੇ ਮੈਨੂੰ ਜਾਣਕਾਰੀ ਆ ਔਰ ਮੈਂ ਤੁਹਾਡੀਆਂ ਇਹਨਾਂ ਪੂਰੀਆਂ ਮੰਗਾਂ ਦੇ ਨਾਲ ਸਹਿਮਤ ਹੈ ਕਿ ਵਾਕਿਆ ਫੌਜ ਦੇ ਵਿੱਚ ਜਿਹੜਾ ਉਹ ਭੇਦਭਾਵ ਹੁੰਦਾ ਅਤੇ ਇਹ ਜਿਹੜੀਆਂ ਚੀਜ਼ਾਂ ਵਾ ਗਲਤ ਹੈ ਅਤੇ ਇਹ ਸਹੀ ਹੋਣੀਆਂ ਚਾਹੀਦੀਆਂ ਇਸ ਲਈ ਅਸੀਂ ਜਿਹੜਾ ਵਾ ਐਫੀਡੈਵਿਟ ਦੇ ਉੱਤੇ ਸਹਿਮਤ ਕਰਾਉਣ ਤੋਂ ਬਾਅਦ ਉਹਨਾਂ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਉਹ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਮੇਰੀ ਤਰਨ ਤਾਰਨ ਦੇ ਜਿਹੜੇ ਹਲਕਾ ਕਟੂਰ ਸਾਹਿਬ ਦੇ ਸਮੂਹ ਜਿਹੜੇ ਉਹ ਸਾਬਕਾ ਫੌਜੀ ਆ ਉਹਨਾਂ ਨੂੰ ਨਿਵੇਦਨ ਆ ਹੱਥ ਜੋੜ ਕੇ ਬੇਨਤੀ ਆ ਕਿ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੇ ਸਾਡੀ ਸਾਬਕਾ ਫੌਜੀਆਂ ਦੀਆਂ ਜਵਾਨ ਸਾਬਕਾ ਫੌਜੀ ਜਵਾਨਾਂ ਦੀਆਂ ਸਾਰੇ ਸਾਬਕਾ ਫੌਜੀ ਨੇ ਸਾਬਕਾ ਫੌਜੀ ਜਵਾਨਾਂ ਦੀਆਂ ਜਿਹੜੀਆਂ ਮੰਗਾਂ ਹੈ ਉਹਨਾਂ ਦੇ ਹੱਕ ਵਿੱਚ ਜਿਹੜਾ ਵਾ ਉਹ ਉਹਨਾਂ ਨੇ ਸਾਨੂੰ ਐਫੀਡੈਵਿਟ ਦਿੱਤਾ ਉਹਨਾਂ ਨੂੰ ਵੋਟਿੰਗ ਜ਼ਰੂਰ ਕਰੋ ਜਿਹੜੇ ਸਾਡੇ ਵੀਰ ਅਜੇ ਔਨ ਸਰਵਿਸ ਹੈ ਨੌਕਰੀ ਕਰ ਰਹੇ ਆ ਉਹਨਾਂ ਨੂੰ ਵੀ ਨਿਵੇਦਨ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣੇ ਪਰਿਵਾਰਾਂ ਨੂੰ ਕਹੋ ਕਿ ਸਾਡੀਆਂ ਫੌਜ ਦੀਆਂ ਜਿਹੜੀਆਂ ਫੌਜ ਦੇ ਵਿੱਚ ਜਵਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਦੋਂ ਉਹਨਾਂ ਨੇ ਸਾਡਾ ਜਿਹੜਾ ਵਾ ਐਫੀਡੈਵਿਟ ਦੇ ਉੱਤੇ ਸਾਈਨ ਕੀਤੇ ਆ ਅਤੇ ਜਿਹੜੇ ਉਹਨਾਂ ਦੇ ਪਰਿਵਾਰ ਹੈ ਨੌਕਰੀ ਕਰ ਰਹੇ ਫੌਜੀ ਜਵਾਨਾਂ ਦੇ ਉਹਨਾਂ ਨੂੰ ਵੀ ਵੋਟਿੰਗ ਜਿਹੜੀ ਆ ਉਹ ਇਹਨਾਂ ਦੇ ਹੱਕ ਦੇ ਵਿੱਚ ਕਰਨੀ ਚਾਹੀਦੀ ਆ ਅਤੇ ਇਹਨਾਂ ਨੂੰ ਆਪਣਾ ਹਲਕੇ ਦੇ ਵਿੱਚ ਜਿਤਾਉਣਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਆ ਉਹ ਜਵਾਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਹੋ ਸਕਣ ਜਿਹੜਾ ਭੇਦਭਾਵ ਖਤਮ ਹੋ ਸਕੇ ਕਿਉਂਕਿ ਇਹੀ ਮੌਕਾ ਹੈ ਸਾਡੇ ਕੋਲ ਜਿਹੜਾ ਵਾ ਕਿ ਅਸੀਂ ਆਪਣੀਆਂ ਜਵਾਨਾਂ ਦੀਆਂ ਮੰਗਾਂ ਨੂੰ ਜਿਹੜਾ ਹਾਈਲਾਈਟ ਕਰ ਸਕੀਏ ਅਤੇ ਆਪਣੀਆਂ ਮੰਗਾਂ ਜਿਹੜੀਆਂ ਵਾ ਉਹ ਹਾਈ ਲੈਵਲ ਤੱਕ ਪਹੁੰਚਾ ਸਕੀਏ ਆਹੀ ਮੌਕਾ ਹੈ ਔਰ ਇਸ ਮੌਕੇ ਦਾ ਅਸੀਂ ਜਿਹੜਾ ਵਾ ਇਸ ਮੌਕੇ ਦੇ ਉੱਤੇ ਵੀ ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਅਸੀਂ ਐਫੀਡੈਵਿਟ ਦੇ ਉੱਤੇ ਸਾਈਨ ਕਰਵਾਏ ਹਾਂ ਦੂਸਰੀ ਗੱਲ ਕਿਸੇ ਵੀ ਦੂਸਰੇ ਹਲਕੇ ਦੇ ਵਿੱਚ ਉੱਥੋਂ ਦੇ ਸਾਬਕਾ ਫੌਜੀ ਮੀਟਿੰਗ ਕਰਨ ਜਿਹੜਾ ਵੀ ਇਸੇ ਤਰ੍ਹਾਂ ਤੁਹਾਨੂੰ ਇਹਨਾਂ ਮੰਗਾਂ ਦੇ ਉੱਤੇ ਜਿਹੜਾ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਹੋਇਆ ਉਹਦੇ ਅਕੋਰਡਿੰਗ ਜਿਹੜਾ ਵੀ ਉਮੀਦਵਾਰ ਤੁਹਾਨੂੰ ਸਾਈਨ ਕਰ ਦਿੰਦਾ ਉਹਦਾ ਹਰ ਹਲਕੇ ਦੇ ਵਿੱਚੋਂ ਤੁਸੀਂ ਸਮਰਥਨ ਕਰੋ ਦੂਸਰੇ ਹਲਕੇ ਦੇ ਵਿੱਚ ਕੋਈ ਵੀ ਜਿੰਨੇ ਵੀ ਉਮੀਦਵਾਰ ਹੈ ਦੂਸਰੇ ਦਾ ਕਿਸੇ ਦਾ ਸਮਰਥਨ ਕਰਨ ਦੀ ਜ਼ਰੂਰਤ ਨਹੀਂ ਸਿਰਫ ਮੰਗਾਂ ਨੂੰ ਲੈ ਕੇ ਸਮਰਥਨ ਕਰੋ ਪਾਰਟੀ ਵੇਖ ਕੇ ਨਹੀਂ ਅਸੀਂ ਵੀ ਇੱਥੇ ਤੁਹਾਨੂੰ ਦੱਸ ਦਈਏ ਕਿ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਿਰਫ ਮਨਜਿੰਦਰ ਸਿੰਘ ਲਾਲਪੁਰਾ ਦਾ ਸਮਰਥਨ ਕਰਦੇ ਹਾਂ ਪੂਰੀ ਆਮ ਆਦਮੀ ਪਾਰਟੀ ਦੇ ਹਰੇਕ ਕੈਂਡੀਡੇਟ ਦਾ ਅਸੀਂ ਸਮਰਥਨ ਨਹੀਂ ਕਰਦੇ ਅਸੀਂ ਸਿਰਫ ਔਰ ਸਿਰਫ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੇ ਸਾਨੂੰ ਸਾਈਨ ਕਰਕੇ ਦਿੱਤੇ ਆ ਉਹਨਾਂ ਦਾ ਹਲਕਾ ਖਡੂਰ ਸਾਹਿਬ ਦੇ ਵਿੱਚ ਸਮਰਥਨ ਕਰਦੇ ਹਾਂ ਔਰ ਉਹਨਾਂ ਨੂੰ ਜਿਤਾਉਣ ਵਾਸਤੇ ਅਸੀਂ ਜਿਹੜਾ ਵਾ ਉਹ ਆਪਣਾ ਪੂਰਾ ਜ਼ੋਰ ਲਵਾਂਗੇ ਲੇਕਿਨ ਅਸੀਂ ਪੂਰੀ ਆਮ ਆਦਮੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਇੱਥੇ ਤੁਹਾਨੂੰ ਅਸੀਂ ਕਲੀਅਰ ਸਪਸ਼ਟ ਕਰ ਦਈਏ ਜਿਹੜੇ ਜਿਹੜੇ ਵੀ ਹਲਕਿਆਂ ਦੇ ਵਿੱਚ ਤੁਹਾਡੇ ਉਮੀਦਵਾਰ ਆ ਜਿਹੜੇ ਉਮੀਦਵਾਰ ਤੁਹਾਡੇ ਇਸ ਐਫੀਡੈਵਿਟ ਦੇ ਉੱਤੇ ਸਾਈਨ ਕਰ ਦਿੰਦੇ ਆ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਏ ਬੀ ਸੀ ਨਾਲ ਰਿਲੇਟਡ ਹੋਣ ਤੁਸੀਂ ਉਹਨਾਂ ਦਾ ਸਮਰਥਨ ਕਰੋ ਲੇਕਿਨ ਐਫੀਡੈਵਿਟ ਲੈਣ ਤੋਂ ਬਾਅਦ ਭੇਡਾਂ ਬੱਕਰੀਆਂ ਨਾ ਬਣੋ ਕਿ ਵੀ ਜਿਹਨੂੰ ਮਰਜ਼ੀ ਜਿਹਨੇ ਮਰਜ਼ੀ ਮਗਰ ਲੱਗ ਤੁਰੋ ਕੋਈ ਬਾਅਦ ਦੇ ਵਿੱਚ ਤੁਹਾਡੀ ਆਵਾਜ਼ ਨਹੀਂ ਸੁਣਦਾ ਬਾਅਦ ਦੇ ਵਿੱਚ ਤੁਸੀਂ ਰੋਂਦੇ ਰਹਿੰਦੇ ਆ ਫੋਨ ਕਰਦੇ ਰਹਿੰਦੇ ਆ ਕਿ ਸਰ ਕੁਝ ਮਿਲਿਆ